ਹਾਲੀ ਹੋਏਗੀ ਔਰ ਇਹ ਅਰਦਾਸ ਕਰਿਓ ਕਿ ਇਹ ਮਨ ਚਿਤ ਲਾ ਕੇ ਸੇਵਾ ਕਰੇ। ਅੱਗੇ ਹੋ ਕੇ ਮੈਂ ਕੁਲਵੰਤ ਸਿੰਘ ਨੂੰ ਬੇਨਤੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ ਨੂੰ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰਦਿਆਂ ਨੂੰ 45 ਸਾਲ ਤੋਂ ਵੀ ਉੱਪਰ ਹੋ ਗਏ ਸੀ ਅਤੇ ਬਾਬਾ ਜੀ ਇੱਕ ਆਨੰਦਪੁਰ ਸਾਹਿਬ ਤੋਂ ਨਗਰ ਕੀਰਤਨ ਲੈ ਕੇ ਆਉਂਦੇ ਸੀ ਜੋ ਕਿ 23ਵਾਂ ਨਗਰ ਕੀਰਤਨ ਸੀ ਇਸ ਸਾਲ। ਬੜੇ ਹੀ ਦੁਖੀ ਮਨ ਨਾਲ ਕਹਿਣਾ ਪੈ ਰਿਹਾ ਮੇਰੇ ਦਾਦਾ ਜੀ ਬਾਬਾ ਜੋਰਾ ਸਿੰਘ ਜੀ ਜੋ ਕਿ ਅੱਜ ਸਵੇਰੇ ਅਕਾਲ ਚਲਾਣਾ ਕਰ ਗਏ ਨੇ ਅਤੇ ਸਾਰੀ ਸਿੰਘ ਸੰਗਤ ਵਿੱਚ ਬਹੁਤ ਹੀ ਜ਼ਿਆਦਾ ਉਹਨਾਂ ਪ੍ਰਤੀ ਪਿਆਰ ਸੀ ਅਤੇ ਬਹੁਤ ਹੀ ਜ਼ਿਆਦਾ ਸੋਗ ਦੇਖਿਆ ਜਾ ਰਿਹਾ। ਸਤਿਕਾਰ ਸਾਹਿਬ।